खालिस्तान मांगते साड़ी मां फिर कोई नहीं रह जाती साढ़े जो अपना घर बन जाता फिर मंग कह रही है कोई मंग नहीं साड़ी अपने खालिस्तान चाहते हैं खालिस्तान सू दिता जाए सू मंगा जड़िया साढ़े बंदी सिंह जड़े जेड़े के बत्ती बत्ती साल तो नजायज तौर के अंदर रखे आ कतल की सजा जी 20 साल होंगी है 20 साल चो 15 16 साल कटी जाती है ये तो डबल हो चुका पर साढ़े ना न्याय नहीं हो रहा साढ़े धक्का हो रहा कौम के जो वंड की गल हुई इंडिया की वंड जो हुई उस समय पाकिस्तान को पाकिस्तान दिता मुसलमान पाकिस्तान दिता गया हिंदुओं ने अपने हिंदुस्तान ले लिया पर सिखों को कई सिख झूठे लहरे दिए गए झूठे वादे किए गए कुछ दिता नहीं गया जो कि सब तो वध कुर्बानियां सिख कौम दियां ने साढ़े नाल इस वक्त खालसा जी मौजूद नहीं तो पहला गलबात करेंगे पहले तो वाहेगुरु जी का खालसा वाहेगुरु जी का खालसा वाहेगुरु जी की फतेह जी दीप सिद्धू की बरसी मनाई जा रही है हुम हुम आके संगतां पहुंच रही ने की कहना चाहोगे बहुत बढ़िया खुशी वाली गल है साढ़े शहीदा जो बरसियां जां मेले मनाए जाते हैं उत्थे इकट्ठ हुंदा ही आ ते इकट्ठ हो रहा बड़ी वधिया गल है बहुत सोहना इकट्ठ हो रहा इत्थे क्योंकि ये शहीद भाई गुरजर सिंह बुद्ध सिंह पिंड आ बड़ी वधिया गल है शहीद के पिंड शहीद की बरसी मनाई जा रही है बहुत वधिया गल है संगतां हुम आके पहुंचियां ने असी कौमी इंसान मोर्चे तो पहुंचे हाँ वारस पंजाब तो असी वारस में साढ़े सिंह आया साड़ी बस उतों भर के आई है साड़ी संगत काफ़ी आई उतों कौमी इंसान मोर्चे तो चंडीगढ़ तो आई है तो सारे हुम आके पहुंचे इतने ਜਿਵੇਂ ਬੰਦੀ ਸਿੰਘਾਂ ਦੇ ਲਈ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਕੀ ਲੱਗਦਾ ਜੇ ਦੀਪ ਸਿੱਧੂ ਜ਼ਿੰਦਾ ਹੁੰਦੇ ਤਾਂ ਇਹ ਮੋਰਚਾ ਲੱਗਦਾ ਦੇਖੋ ਦੀਪ ਸਿੱਧੂ ਦੀ ਘਾਟ ਤੇ ਮਹਿਸੂਸ ਹੁੰਦੀ ਰਹੂਗੀ ਉਹਦੀ ਘਾਟ ਪੂਰੀ ਨਹੀਂ ਹੋ ਸਕਦੀ ਕਿਉਂਕਿ ਜੋ ਜਿਹੜਾ ਉਹਨੇ ਯੋਗਦਾਨ ਪਾਇਆ ਨੌਜਵਾਨਾਂ ਨੂੰ ਜਾਗਰਿਤ ਕੀਤਾ ਜਗਾਇਆ ਨੌਜਵਾਨਾਂ ਨੂੰ ਉਹਦੀ ਜਿਹੜੀ ਘਾਟ ਪੂਰੀ ਨਹੀਂ ਹੋ ਸਕਦੀ ਪਰ ਉਹਦੀ ਘਾਟ ਨੂੰ ਪੂਰਾ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਉਹ ਪੂਰਨ ਕਰਨ ਦੀ ਕੋਸ਼ਿਸ਼ ਕੀਤੀ ਆ ਨੌਜਵਾਨ ਕਾਫੀ ਜੁੜੇ ਆ ਉਹ ਜਿਹੜੇ ਨਸ਼ੇ ਕਰਦੇ ਸੀ ਸਿੰਘ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਇਆ ਬੜੀ ਵਧੀਆ ਗੱਲ ਆ ਪਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਕੌਮੀ ਇਨਸਾਫ ਮੋਰਚਾ ਥੋੜੀਆਂ ਮੰਗਾਂ ਤੇ ਲਗਾ ਦਿੱਤਾ ਗਿਆ ਮੰਗਾਂ ਤਾਂ ਹਲੇ ਬਹੁਤ ਸੀਗੀਆਂ ਨਹੀਂ ਮੰਗਾਂ ਤੇ ਮੰਗ ਤਾਂ ਸਾਡੀ ਖਾਲਿਸਤਾਨ ਦੀ ਆ ਜਦੋਂ ਖਾਲਿਸਤਾਨ ਮੰਗਦੇ ਸਾਡੀ ਮੰਗ ਫਿਰ ਕੋਈ ਨਹੀਂ ਰਹਿ ਜਾਂਦੀ ਸਾਡੇ ਜਦੋਂ ਆਪਣਾ ਘਰ ਬਣ ਜਾਂਦਾ ਫਿਰ ਮੰਗ ਕਾਹਦੀ ਆ ਕੋਈ ਮੰਗ ਨਹੀਂ ਸਾਡੀ ਅਸੀਂ ਆਪਣਾ ਖਾਲਿਸਤਾਨ ਚਾਹੁੰਦੇ ਹਾਂ ਖਾਲਿਸਤਾਨ ਸਾਨੂੰ ਦਿੱਤਾ ਜਾਵੇ ਸਾਨੂੰ ਮੰਗਾਂ ਜਿਹੜੀਆਂ ਸਾਡੇ ਬੰਦੀ ਸਿੰਘ ਜਿਹੜੇ ਕਿ 32 ਸਾਲ ਤੋਂ ਨਜਾਇਜ਼ ਤੌਰ ਦੇ ਅੰਦਰ ਰੱਖੇ ਆ ਕਤਲ ਦੀ ਸਜ਼ਾ ਜਿਹੜੀ ਹੁੰਦੀ 20 ਸਾਲ ਹੁੰਦੀ ਆ 20 ਸਾਲ ਚੋਂ 15 16 ਸਾਲ ਕੱਟੀ ਜਾਂਦੀ ਆ ਇਹ ਤਾਂ ਡਬਲ ਹੋ ਚੁੱਕਾ ਪਰ ਸਾਡੇ ਨਾਲ ਨਿਆਂ ਨਹੀਂ ਹੋ ਰਿਹਾ ਸਾਡੇ ਧੱਕਾ ਹੋ ਰਿਹਾ ਸਿੱਖ ਕੌਮ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਸਿੱਖ ਕੌਮ ਦੇ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇੱਕ ਬਾਬਾ ਬੜਾ ਮਸ਼ਹੂਰ ਹੁੰਦਾ ਹੈ ਨਜ਼ਰ ਆ ਰਿਹਾ ਬਗੇਸ਼ਵਰ ਬਾਬਾ ਉਹਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਨੂੰ ਹਿੰਦੂ ਰਾਸ਼ਟਰ ਦਵਾਂਗਾ ਨਹੀਂ ਗੱਲ ਇਹ ਆ ਵੀ ਖਾਲਿਸਤਾਨ ਸਾਡਾ ਜਮਹੂਰੀ ਦਾ ਹੱਕ ਆ ਜੇ ਜਦੋਂ ਵੰਡ ਦੀ ਗੱਲ ਹੋਈ ਇੰਡੀਆ ਦੀ ਵੰਡ ਜਦੋਂ ਹੋਈ ਉਸ ਵੇਲੇ ਪਾਕਿਸਤਾਨ ਨੂੰ ਪਾਕਿਸਤਾਨ ਦਿੱਤਾ ਮੁਸਲਮਾਨ ਨੂੰ ਪਾਕਿਸਤਾਨ ਦਿੱਤਾ ਗਿਆ ਹਿੰਦੂਆਂ ਨੇ ਆਪਣੇ ਹਿੰਦੁਸਤਾਨ ਲੈ ਲਿਆ ਪਰ ਸਿੱਖਾਂ ਨੂੰ ਕਈ ਸਿੱਖ ਝੂਠੇ ਲਹਿਰੇ ਦਿੱਤੇ ਗਏ ਝੂਠੇ ਵਾਅਦੇ ਕੀਤੇ ਗਏ ਉਹਨਾਂ ਨਾਲ ਕੁਝ ਦਿੱਤਾ ਨਹੀਂ ਗਿਆ ਜੋ ਕਿ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਨੇ ਪਰ ਸਿੱਖਾਂ ਨੂੰ ਅਵੇਸਲਾ ਕੀਤਾ ਗਿਆ ਕੋਈ ਹੱਕ ਨਹੀਂ ਦਿੱਤੇ ਗਏ ਸਿੱਖਾਂ ਨੂੰ ਇਸ ਕਰਕੇ ਆਪਣੇ ਹੱਕ ਮੰਗਦੇ ਹਾਂ ਅਸੀਂ ਸਾਡੇ ਹੱਕ ਜਮਹੂਰੀ ਦਾ ਹੱਕ ਅਸੀਂ ਮੰਗਦੇ ਹਾਂ ਉਹ ਮੰਗਦੇ ਹਾਂ ਖਾਲਿਸਤਾਨ ਖਾਲਿਸਤਾਨ ਕੋਈ ਇਹ ਜੀ ਗੱਲ ਨਹੀਂ ਗੀ ਖਾਲਿਸਤਾਨ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਉਹ ਜੋ ਮਹਾਰਾਜ ਨੀਸੇ ਨੇ ਸਥਾਪਿਤ ਕੀਤਾ ਸੀਗਾ 40 ਸਾਲ ਰਾਜ ਕੀਤਾ ਉਹਨਾਂ ਨੇ ਅਸੀਂ ਕੋਈ ਕਿਸੇ ਨੂੰ ਭੀਖ ਨਹੀਂ ਮੰਗਦੇ ਸਾਡਾ ਜੋ ਹੱਕ ਹੈ ਅਸੀਂ ਆਪ ਹੱਕ ਮੰਗਣਾ ਚਾਹੁੰਦੇ ਹਾਂ ਪਰ ਇਹ ਵੀ ਕਿਹਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਲਈ ਇੱਕ ਵੱਡੇ ਚਿਹਰੇ ਦੀ ਲੋੜ ਆ ਕਿ ਇੱਕ ਵੱਡੇ ਚਿਹਰੇ ਦੇ ਉੱਤੇ ਚੱਲੇ ਉਹ ਪੂਰਾ ਮੋਰਚਾ ਦੇਖੋ ਇਹ ਜਿਹੜੇ ਵੱਡੇ ਚਿਹਰੇ ਆ ਉਹ ਹੀ ਦੱਸ ਸਕਦੇ ਨੇ ਮੈਂ ਉਹਨਾਂ ਦਾ ਸਵਾਲ ਨਹੀਂ ਦੇ ਸਕਦਾ ਜਵਾਬ ਦੇ ਸਕਦਾ ਸਾਨੂੰ ਇਹ ਆ ਸਾਨੂੰ ਪਤਾ ਹੈ ਵੀ ਸਾਡਾ ਜਿਹੜਾ ਅਸੀਂ ਜਿਸ ਮੋਰਚੇ ਤੇ ਬੈਠੇ ਆ ਜਿਸ ਤਰ੍ਹਾਂ ਕਿ ਦਿੱਲੀ ਦਾ ਮੋਰਚਾ ਫਤਿਹ ਕੀਤਾ ਸੀ ਇਸੇ ਤਰ੍ਹਾਂ ਹੀ ਅਸੀਂ ਬੰਦੇ ਸਿੰਘ ਰਾਹ ਕਰਾਵਾਂਗੇ ਉਦੋਂ ਤੱਕ ਬੈਠੇ ਆ ਤੇ ਬੈਠੇ ਰਹਾਂਗੇ ਕੋਈ ਗੱਲ ਨਹੀਂ ਬੈਠੇ ਆ ਕੋਈ ਟੈਨਸ਼ਨ ਨਹੀਂ ਦਿੱਲੀ ਦਾ ਮੋਰਚਾ ਫਤਿਹ ਕੀਤਾ ਉੱਥੇ ਵੀ ਡਾਂਗਾ ਚੱਲੀਆਂ ਉੱਥੇ ਵੀ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸਿੰਘਾਂ ਦੇ ਉੱਤੇ ਹਨਾ ਕਿਸਾਨਾਂ ਦੇ ਉੱਤੇ ਉਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕੀ ਲੱਗਦਾ ਹੈ ਮੋਰਚਾ ਫਤਿਹ ਹੋਏਗਾ ਦੇਖੋ ਸਰਕਾਰ ਦਾ ਕੰਮ ਆ ਸਰਕਾਰ ਨੇ ਦੱਕੇ ਮਾਰਨੇ ਹੁੰਦੇ ਨੇ ਸਰਕਾਰ ਨੇ ਜ਼ਬਰ ਕਰਨਾ ਹੁੰਦਾ ਜੇ ਸਰਕਾਰ ਜ਼ਬਰ ਨਾ ਕਰਦੀ ਤੇ ਸਾਨੂੰ ਮੋਰਚੇ ਕਿਉਂ ਲਾਉਣੇ ਪੈਂਦੇ ਜੇ ਅਸੀਂ ਮੋਰਚੇ ਲੈਣ ਫਿਰ ਜ਼ਬਰ ਕਰਦੀ ਹੈ ਸਰਕਾਰ ਦਾ ਕੰਮ ਹੈ ਜ਼ਬਰ ਕਰਨਾ ਅਸੀਂ ਸਬਰ ਦੇ ਨਾਲ ਬੈਠੇ ਆ ਉੱਥੇ ਤੇ ਬੰਦੇ ਸਿੰਘ ਰਿਹਾ ਕਰਾਇਆ ਤੋਂ ਬਗੈਰ ਅਸੀਂ ਨਹੀਂ ਉੱਠਾਂਗੇ ਉੱਥੋਂ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਤਾਂ ਇਹ ਸਨ ਸਾਡੇ ਨਾਲ ਖਾਲਸਾ ਜੀ ਜਿਨ੍ਹਾਂ ਦੇ ਵੱਲੋਂ ਇਹ ਤਮਾਮ ਗੱਲਬਾਤ ਸਾਡੇ ਨਾਲ ਕੀਤੀ ਗਈ ਹੈ ਤੇ ਹੋਰ ਵੀ ਇੱਥੇ ਬਥੇਰੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਬੀਬੀਆਂ ਬੈਠੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
दीप सिद्धू हुणां दी बरसी मनाई जा रही है, उन्हां दी याद दे विच की कहना चाहोगे? उन्हां दी याद दे विच असीं इही कहना चाहवांगे वी जिहड़े साडे जोधे बच्चे आ उन्हां नूं दवाउणा चाहुंदी आ सरकार, ते इह कौम दवेगी नहीं। भाई अमृतपाल भी इत्थे पहुंचे होए ने, उन्हां दी शख्सियत नूं किवें देखदे हो? ਭਾਈ ਅੰਮ੍ਰਿਤਪਾਲ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਬਹੁਤ ਵਧੀਆ, ਅੱਛਾ, ਬਹੁਤ ਵਧੀਆ, ਬਹੁਤ ਹੀ ਅੱਛਾ ਲੱਗਦਾ। ਪਰ ਸਰਕਾਰਾਂ ਬਹੁਤ ਖਰਾਬ ਕਰ ਰਹੀਆਂ, ਤੇ ਇਹ ਨਹੀਂ ਚੰਗਾ ਕੰਮ ਨੇ ਇਹਨਾਂ ਵਾਸਤੇ। ਤੇ ਇਹ ਸਨ ਸਾਡੇ ਨਾਲ ਬੀਬੀ ਜੀ, ਜਿਨ੍ਹਾਂ ਨੇ ਤਮਾਮ ਗੱਲਬਾਤ ਕੀਤੀ ਹੈ। ਤੇ ਮੈਂ ਜ਼ਰਾ ਕੈਮਰਾਮੈਨ ਨੂੰ ਕਹੂੰਗੀ ਕਿ ਜ਼ਰਾ ਸਮਾਗਮ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਸੰਗਤਾਂ ਜਿਹੜੀਆਂ ਨੇ ਹੁੰਮ ਹੁਮਾ ਕੇ ਇੱਥੇ ਪਹੁੰਚ ਰਹੀਆਂ ਨੇ। ਵੱਡਾ ਇਕੱਠ ਸੰਗਤਾਂ ਦਾ ਹੁੰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ। ਇੱਕ ਪਾਸੇ ਕੀਰਤਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਮੱਥਾ ਟੇਕ ਕੇ।